ਪੰਜਾਬ ਦੀ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਵੱਲੋਂ ਸ਼ਹੀਦ ਮਦਨ ਲਾਲ ਢਿੰਗਰਾ ਸਮਿਤੀ ਵਿਖੇ ਸ਼ਹੀਦ ਮੂਰਤੀ ਅੱਗੇ ਖੜ ਸਰਕਾਰ ਨੂੰ ਵਾਅਦਾ ਯਾਦ ਕਰਵਾਇਆ ਗਿਆ। ਉਹਨਾਂ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 11 ਮਹੀਨੇ ਪਹਿਲਾਂ ਸਮਾਰਕ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਅਜੇ ਤੱਕ ਇਸ ਸੰਬੰਧੀ ਕਾਗਜ਼ੀ ਕੰਮ ਹੀ ਹੋਏ ਨੇ। ਚਾਵਲਾ ਨੇ ਕਿਹਾ ਕਿ ਸ਼ਾਇਦ ਇਕੱਠੇ ਹੋ ਕੇ ਚੁੱਕੀ ਮੰਗ ਤੋਂ ਬਾਅਦ ਸਰਕਾਰ ਨੀਂਦ ਵਿੱਚੋਂ ਜਾਗੇ ਅਤੇ ਸ਼ਹੀਦ ਢਿੰਗਰਾ ਦੇ ਸਮਾਰਕ ਦਾ ਕੰਮ ਸ਼ੁਰੂ ਕਰੇ। ਸ਼ਹੀਦ ਮਦਨ ਲਾਲ ਢਿੰਗਰਾ ਦੇ ਬਲੀਦਾਨ ਦੇ ਉੱਤੇ ਸਵਯਮ ਮੁੱਖ ਮੰਤਰੀ ਪੰਜਾਬ ਇੱਥੇ ਆਏ ਸੀ ਔਰ ਉਹਨਾਂ ਨੇ ਇਹ ਭਰੋਸਾ ਦਵਾਇਆ ਸੀ ਕਿ ਜੋ ਵੀ ਤੁਸੀਂ ਕਹੋਗੇ ਅਸੀਂ ਉਹਦਾ ਸਮਾਰਕ ਬਣਾਵਾਂਗੇ ਔਰ ਸਾਡੀ ਪ੍ਰਾਰਥਨਾ ਹੈ ਕਿ ਉਹਦਾ ਜਿਹੜਾ ਘਰ ਕਟੜਾ ਸ਼ੇਰ ਸਿੰਘ 'ਚ ਹੈ ਉੱਥੇ ਉਹਦਾ ਸਮਾਰਕ ਬਣਾਇਆ ਜਾਏ। 1909 'ਚ ਲੰਡਨ ਜਾ ਕੇ ਸ਼ਹੀਦ ਹੋਣ ਵਾਲਾ ਪਹਿਲਾ ਕ੍ਰਾਂਤੀਕਾਰੀ ਸੀ ਹਿੰਦੁਸਤਾਨ ਦਾ, ਅੰਮ੍ਰਿਤਸਰ ਦਾ। ਉਹਨਾਂ ਨੇ ਪ੍ਰੋਮਿਸ ਦਿੱਤਾ 26 ਅਕਤੂਬਰ ਨੂੰ ਮੈਂ ਫਿਰ ਮੁੱਖ ਮੰਤਰੀ ਜੀ ਨੂੰ ਕਿਹਾ, ਓਮ ਪ੍ਰਕਾਸ਼ ਸੋਨੀ ਜੀ ਨੂੰ ਕਿਹਾ, ਨਵਜੋਤ ਸਿੰਘ ਨੂੰ ਕਿਹਾ, ਸੁਰੇਸ਼ ਕੁਮਾਰ IAS ਨੂੰ ਕਿਹਾ, ਮੈਨੂ ਪ੍ਰਸ਼ਾਦ ਸੈਕਟਰੀ ਲੋਕਲ ਸੈਲ ਗਵਰਨਮੈਂਟ ਨੂੰ ਕਿਹਾ, ਸਭ ਨੂੰ ਯਾਦ ਕਰਾਇਆ ਔਰ ਕਿਸੇ ਦੇ ਨਾਂ ਨਹੀਂ ਕੀਤੀ ਅਸੀਂ ਕਹਿੰਦੇ ਕਰਾਂਗੇ ਬਣਾਵਾਂਗੇ। ਅੱਜ 11 ਮਹੀਨੇ ਬੀਤ ਗਏ, 17 ਅਗਸਤ ਅਗਲੇ ਮਹੀਨੇ ਫਿਰ ਉਹਨਾਂ ਦਾ ਬਲੀਦਾਨ ਦਿਨ ਆ ਗਿਆ। 11 ਮਹੀਨਿਆਂ 'ਚ ਗਵਰਨਮੈਂਟ ਨੇ ਸ਼ਾਇਦ ਕਾਗਜ਼ਾਂ 'ਤੇ ਭਾਵੇਂ ਕੋਈ ਲਿਖਿਆ ਹੋਵੇ ਇੱਕ ਇੱਟ ਨਹੀਂ ਲਾਈ, ਇੱਥੋਂ ਤੱਕ ਕਿ ਉਹ ਜਿਹੜਾ ਮਕਾਨ ਉਹਨਾਂ ਨੇ ਲੈਣਾ ਸੀ ਸਰਕਾਰ ਨੇ ਗਵਰਨਮੈਂਟ ਨੇ ਉਹ ਐਕੁਆਇਰ ਕਰਨਾ ਸੀ ਉਹ ਵੀ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ। ਅੱਜ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਅਤੇ ਸਰਕਾਰ ਨੂੰ ਯਾਦ ਕਰਾਉਣ ਆਏ ਹਾਂ ਕਿ ਜਨਤਾ ਨੂੰ ਤਾਂ ਲਾਰੇ ਲੱਪੇ ਲਾ ਲੈਂਦੇ ਹੋ ਠੀਕ ਹੈ, ਲੇਕਿਨ ਸ਼ਹੀਦਾਂ ਨਾਲ ਇਹ ਕਰੂਰ ਮਜ਼ਾਕ ਨਾ ਕਰੋ, ਸ਼ਹੀਦਾਂ ਸਮਾਰਕ ਬਣਾਓ ਅੰਮ੍ਰਿਤਸਰ, ਪੰਜਾਬ, ਹਿੰਦੁਸਤਾਨ ਔਰ ਉੱਥੋਂ ਨਿਕਲ ਕੇ 1857 ਤੋਂ ਬਾਅਦ ਪਹਿਲਾ ਕ੍ਰਾਂਤੀਕਾਰੀ ਹੈ ਜਿਹਨੇ ਲੰਡਨ ਦੀ ਛਾਤੀ 'ਤੇ ਜਾ ਕੇ ਗੋਰਿਆਂ ਨੂੰ ਚੈਲੇਂਜ ਕੀਤਾ, ਕਰਜ਼ੇ ਪਾਇਲੀ ਨੂੰ ਠੰਡਾ ਕੀਤਾ, ਉਸ ਪੈਟਰ ਕਿਲੇ ਜੇਲ੍ਹ 'ਚ ਫਾਂਸੀ ਚੜ੍ਹਿਆ ਜਿਸ ਜੇਲ੍ਹ 'ਚ 31 ਸਾਲ ਬਾਅਦ ਸ਼ਹੀਦ ਊਧਮ ਸਿੰਘ ਚੜ੍ਹਿਆ ਅਤੇ ਇਹਨਾਂ ਦਾ ਸਮਾਰਕ ਨਹੀਂ ਬਣਾਇਆ ਗਿਆ। ਅਸੀਂ ਮੁੱਖ ਮੰਤਰੀ ਜੀ ਨੂੰ ਬੜੇ ਆਦਰ ਸਨਮਾਨ ਦੇ ਨਾਲ ਯਾਦ ਕਰਾਉਣ ਆਏ ਹਾਂ ਕਿ ਆਪਣਾ ਪ੍ਰੋਮਿਸ ਪੂਰਾ ਕਰੋ, ਜਨਤਾ ਨਾਲ ਜੋ ਭਰੋਸੇ ਦੇ ਕੇ ਭੁੱਲ ਜਾਣਾ ਭੁੱਲ ਜਾਓ, ਪਰ ਸ਼ਹੀਦ